ਸਤਿਗੁਰੂ ਦੋਸਤੋ ਮੈਂ ਰਾਜ ਤੁਹਾਡਾ ਆਪਣਾ ਰਾਜ ਚਿੱਤਰਕਾਰ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਉਹ ਬਹੁਤੀ ਖਾਸ ਤਾਂ ਨਹੀਂ ਹੈਗੀ ਫਿਰ ਵੀ ਮੈਂ ਸੋਚਿਆ ਵੀ ਤੁਹਾਨੂੰ ਸਾਰਿਆਂ ਨੂੰ ਆਪਣਾ ਸੈਟਅਪ ਦਿਖਾਇਆ ਜਾਵੇ ਇਹ ਆ ਸਾਡਾ ਸੈਟਅਪ ਉਹ ਸਾਡਾ ਪਿੱਛੇ ਯੂਟਿਊਬ ਦਾ ਲੋਗੋ ਲੱਗਿਆ ਹੋਇਆ ਨਾ ਅਤੇ ਸਭ ਤੋਂ ਵੱਡੀ ਗੱਲ ਇਹ ਆ ਖੁਸ਼ੀ ਦੀ ਗੱਲ ਤਾਂ ਤੁਹਾਡੇ ਤੇ ਸ਼ਾਇਦ ਨਹੀਂ ਮੇਰੇ ਤਾਂ ਖਾਸ ਗੱਲ ਆ ਕਿਉਂਕਿ ਲੰਮੇ ਸਮੇਂ ਤੋਂ ਮੈਂ ਨਾ ਇੱਕੋ ਸਟਾਈਲ ਰੱਖਿਆ ਹੋਇਆ ਸੀਗਾ ਜਿਹਨੂੰ ਬੱਬੂ ਮਾਨ ਵਾਲਾ ਸਟਾਈਲ ਕਹਿੰਦੇ ਸੀਗੇ ਸਾਰੇ ਜਣੇ ਪਰ ਉਹ ਸਟਾਈਲ ਮੇਰਾ ਆਪਦਾ ਸੀਗਾ ਅਤੇ ਚਲੋ ਮੈਨੂੰ ਕਈਆਂ ਨੇ ਇੱਦਾਂ ਕਿਹਾ ਵੀ ਬੱਬੂ ਮਾਨ ਦਾ ਫੈਨ ਲੱਗਦਾ ਹੈ ਨਾ ਤਾਂ ਇੱਦਾਂ ਦਾ ਕੁਛ ਨਹੀਂ ਸੀ ਚਲੋ ਫੈਨ ਤਾਂ ਹੈ ਹੀ ਨਹੀਂ ਆ ਇਹ ਤਾਂ ਸ਼ੌਂਕ ਅਲੱਗ ਅਲੱਗ ਆਪਣੇ ਆਪਣੇ ਹੁੰਦੇ ਨੇ ਵੀ ਕਿਸ ਨੂੰ ਕਿਸ ਤਰ੍ਹਾਂ ਦੇ ਵਾਲ ਪਸੰਦ ਰੱਖਣੇ ਹੈ ਨਾ ਸੋ ਇਸ ਕੀ ਆਪਾਂ ਨੇ ਥੋੜ੍ਹਾ ਸਟਾਈਲ ਬਦਲ ਲਿਆ ਅਤੇ ਇਹ ਸਾਡਾ ਹੈਗਾ ਸਟੂਡੀਓ ਜਿੱਥੇ ਬੈਠ ਕੇ ਆਪਾਂ ਡਰਾਇੰਗ ਵਗੈਰਾ ਕਰਦੇ ਰਹਿੰਦੇ ਹਾਂ ਇਹ ਅਸੀਂ ਪਰਦਾ ਲਾਇਆ ਗ੍ਰੀਨ ਇਹ ਜਿੱਥੇ ਮੰਨ ਲਓ ਜੇ ਆਪਾਂ ਅੰਦਰ ਸ਼ੂਟ ਕਰਨਾ ਕੁਛ ਨਾ ਆਪਾਂ ਬਾਹਰ ਦਾ ਸੀਨ ਵੀ ਦਿਖਾ ਸਕਦੇ ਹਾਂ ਅੰਦਰ ਬੈਠ ਕੇ ਪੇਂਟਿੰਗ ਕਰਦੇ ਹਾਂ ਕੁਛ ਵੀ ਆਪਾਂ ਸ਼ੂਟ ਕਰਨਾ ਹੋਵੇ ਉਹਨੂੰ ਆਪਾਂ ਬਾਹਰ ਦਾ ਸੀਨ ਆਪਾਂ ਅਤੇ ਬੈਕਗਰਾਉਂਡ ਆਪਾਂ ਸੈੱਟ ਕਰ ਸਕਦੇ ਹੁੰਦੇ ਹਾਂ ਸੋ ਇੱਕ ਪਿੱਛੇ ਜੇ ਵੀ ਆਪਾਂ ਬਣਾਈ ਸੀਗੀ ਪੇਂਟਿੰਗ ਦਿਖਾਉਣਾ ਨਾ ਆਹ ਸੀਗੀ ਪੇਂਟਿੰਗ ਸੋਨਮ ਬਾਜਵਾ ਦੀ ਅਤੇ ਕਾਫੀ ਬਰੀਕੀ ਚ ਵਰਕ ਕੀਤਾ ਸੀਗਾ ਅਤੇ ਬਾਬੂ ਜੀ ਦੇ ਝੁਮਕੇ ਵਗੈਰਾ ਨਾ ਜਿਹੜੇ ਆਇਸ ਦਾ ਜਿਹੜਾ ਸੀਗਾ ਸੀਨ ਦੇਖੋ ਧਿਆਨ ਨਾਲ ਨਾ ਵੀ ਕਿੰਨਾ ਸੋਹਣਾ ਲੱਗਦਾ ਇੱਥੇ ਮੈਂ ਤੋਂ ਹੱਥ ਲੱਗ ਗਿਆ ਸੀ ਨੱਕ 'ਤੇ ਇਹਦੇ ਨਾਲ ਵੀ ਥੋੜ੍ਹਾ ਜਿਹਾ ਹੋ ਗਿਆ ਇੱਥੇ ਕਲਰ ਥੋੜ੍ਹਾ ਜਿਹਾ ਲੱਗਿਆ ਸੀ ਬਾਅਦ 'ਚ ਬੱਚੇ ਨੇ ਲਾਤਾ ਸੀਗਾ ਸੋ ਬਾਕੀ ਦੱਸਿਓ ਜੀ ਮੈਂ ਪੇਂਟਿੰਗ ਕਿੱਦਾਂ ਦੀ ਲੱਗਦੀ ਨਾ ਇਹ ਬਹੁਤ ਜਲਦੀ ਫਿਰ ਮਿਲਾਂਗੇ ਅਗਲੇ ਵੀਡੀਓ ਵਿੱਚ ਅਤੇ ਬਹੁਤ ਜਲਦੀ ਕੱਲ੍ਹ ਮਿਲਾਂਗੇ ਜਾਣੀ ਸੋ ਇਹ ਸੀ ਆਪਣਾ ਸਟੂਡੀਓ ਜਿੱਥੇ ਬੈਠ ਕੇ ਆਪਾਂ ਕੋਈ ਨਾ ਕੋਈ ਬਣਾਉਂਦੇ ਰਹਿੰਦੇ ਹਾਂ ਜਾਣੀ ਹੁਣ ਲਗਾਤਾਰ ਬਣਾਇਆ ਕਰਾਂਗੇ ਹੁਣ 30 ਦਿਨ ਹੀ ਆਪਾਂ ਤੁਹਾਨੂੰ ਯੂਟਿਊਬ 'ਤੇ ਟੱਕਰਾਂਗੇ ਸੋ ਬਹੁਤ ਬਹੁਤ ਸਿੱਖਣ ਦੀ ਜ਼ਰੂਰਤ ਆ ਸਾਰਿਆਂ ਨੂੰ ਅਸੀਂ ਵੀ ਸਿੱਖਦੇ ਹਾਂ ਹੁਣ ਤੱਕ ਸੋ ਵਧੀਆ ਲੱਗੂਗਾ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਕੁਛ ਸਿੱਖਣ ਨੂੰ ਮਿਲੂਗਾ ਅਸੀਂ ਵੀ ਸਿੱਖਾਂਗੇ ਤੁਹਾਡੇ ਤੋਂ ਕੁਛ ਕਮੈਂਟ 'ਚ ਦੱਸਿਆ ਕਰੋ ਵੀ ਕਿੱਦਾਂ ਕਰੀਦਾ ਹੈ ਨਾ ਸੋ ਇਹ ਆ ਸਾਡਾ ਸਟੂਡੀਓ ਜੀ ਅਤੇ ਬਹੁਤ ਜਲਦ ਫਿਰ ਮਿਲਾਂਗੇ ਜਦ ਤੱਕ ਲਈ ਸਤਿ ਸ਼੍ਰੀ ਅਕਾਲ